ਪੁਲਵਾਮਾ ਹਮਲੇ ਬਾਰੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਆਈ ਬਿਆਨ ਤੋਂ ਬਾਅਦ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਸਿੱਧੂ ਨੂੰ ਦਾ ਕਪਿਲ ਸ਼ਰਮਾ ਸ਼ੋਅ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਸਿੱਧੂ ਨੂੰ ਸ਼ੋਅ ਵਿੱਚੋਂ ਬਾਹਰ ਕੱਢਣ ਦਾ ਕਾਰਨ ਉਹਨਾਂ ਵੱਲੋਂ ਪਾਕਿਸਤਾਨ ਬਾਰੇ ਦਿੱਤੇ ਬਿਆਨ ਨੂੰ ਦੱਸਿਆ ਜਾ ਰਿਹਾ ਸੀ। ਖਬਰ ਇਹ ਵੀ ਸੀ ਕਿ ਹੁਣ ਤੱਕ 2 ਸ਼ੋਅ ਅਰਚਨਾ ਪੂਰਨ ਸਿੰਘ ਵੱਲੋਂ ਸਿੱਧੂ ਦੀ ਜਗ੍ਹਾ ਸ਼ੂਟ ਕੀਤੇ ਜਾ ਚੁੱਕੇ ਨੇ। ਇਸ ਮਾਮਲੇ ਬਾਰੇ ਨਵਜੋਤ ਸਿੰਘ ਸਿੱਧੂ ਦਾ ਬਿਆਨ ਸਾਹਮਣੇ ਆਇਆ ਹੈ। ਸਿੱਧੂ ਨੇ ਕਪਿਲ ਸ਼ਰਮਾ ਦੇ ਸ਼ੋਅ ਵਿੱਚੋਂ ਕੱਢੇ ਜਾਣ ਦੀ ਗੱਲ ਨੂੰ ਨਕਾਰਦੇ ਹੋਏ ਦੱਸਿਆ ਹੈ ਕਿ 2 ਸ਼ੋਅ ਉਹ ਕਿਉਂ ਨਹੀਂ ਕਰ ਸਕੇ। ਕੱਲ ਵੀ, ਪਰਸੋਂ ਵੀ ਤੇ ਅੱਜ ਵੀ ਆਪਣੇ ਬਿਆਨ ਤੇ ਕਾਇਮ ਆ। ਕੋਈ ਕੁਛ ਵੀ ਕਹੀ ਜਾਵੇ ਤਾਂ ਕੋਈ ਤੂਲ ਹੁੰਦਾ ਹੈ? ਤੁਸੀਂ ਕੋਈ ਸੋਨੀ ਟੀਵੀ ਵੱਲੋਂ ਸਟੇਟਮੈਂਟ ਸੁਣੀ ਹੈ? ਇਹੋ ਜਿਹੀਆਂ ਨਿਊਜ਼ਾਂ 200 ਵਾਰ ਚਲਾ ਚੁੱਕੇ ਆ, ਪਹਿਲਾਂ ਵੀ ਚਲਾ ਚੁੱਕੇ, ਹੁਣ ਵੀ ਚਲਾ ਚੁੱਕੇ। ਜਦੋਂ ਵਿਧਾਨ ਸਭਾ ਦਾ ਸੈਸ਼ਨ ਸੀ, ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਮੈਂ ਉੱਥੇ ਨਹੀਂ ਜਾ ਸਕਦਾ ਸੀ ਅਤੇ ਉਹਨਾਂ ਨੇ 2 ਸ਼ੋਅਜ਼ ਲਈ ਕਿਸੇ ਹੋਰ ਨੂੰ ਬੁਲਾਇਆ। ਠੀਕ ਹੈ, ਮੇਰੇ ਕੋਲ ਜਾਂ ਤੁਹਾਡੇ ਕੋਲ ਕੋਈ ਉਹਨਾਂ ਵੱਲੋਂ ਇੰਟੀਮੇਸ਼ਨ ਹੋਵੇ, ਕੋਈ ਉਹਨਾਂ ਦੀ ਸਟੇਟਮੈਂਟ ਹੋਵੇ ਤਾਂ ਮੈਨੂੰ ਦੱਸੋ। ਹੁਣ ਜੇ ਕੋਈ ਧੂੜ 'ਚ ਟੱਟੂ ਉਡਾਈ ਜਾਵੇ ਉਹਦਾ ਤਾਂ ਮੈਂ ਕੋਈ ਇਲਾਜ ਨਹੀਂ ਕਰ ਸਕਦਾ ਨਾ? ਅਤੇ ਸਮਝ, ਮੇਰੀ ਗੱਲ ਸਮਝ ਲਓ ਅਤੇ ਇਸ ਗੱਲ ਨੂੰ ਆਪਾਂ ਇੱਕ ਕਹਿੰਦਾ, ਜੇ ਉਹ ਸੋਨੀ ਟੀਵੀ ਵੱਲੋਂ ਤੁਹਾਡੇ ਕੋਲ ਕੋਈ ਇੰਟੀਮੇਸ਼ਨ ਹੈ ਜਾਂ ਕੋਈ, ਤੁਸੀਂ ਜ਼ਰੂਰ ਚਲਾਓ ਭਾਈ।